ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪਹਿਲਾਂ ਕਿਸਾਨਾਂ ਦੇ ਨਾਲ ਚੱਲਦੇ ਸੀਗੇ ਕੀ ਕਾਰਨ ਕੀ ਰਹੇ ਕਿ ਆਮ ਆਦਮੀ ਪਾਰਟੀ ਚੰਗੀ ਲੱਗ ਲੱਗੀ ਕਿਸਾਨੀ ਅੰਦੋਲਨ ਨੇ ਬਹੁਤ ਵੱਡੀ ਅਲਖ ਲੋਕਾਂ ਦੇ ਵਿੱਚ ਜਗਾਈ ਸੀ ਬਹੁਤ ਵੱਡਾ ਹੰਗਾਰਾ ਦਿੱਤਾ ਸੀਗਾ ਤਾਂ ਇੰਨੀ ਮਾਰੀ ਹਾਰ ਜ਼ਮਾਨਤਾ ਤੱਕ ਨਹੀਂ ਬਚਾ ਸਕੀ ਇਹ ਸਾਡੇ ਬਜ਼ੁਰਗਾਂ ਸਮਾਨ ਨੇ ਰਾਜਵਾਲ ਸਾਹਿਬ ਉਹਨਾਂ ਦਾ ਡਿਸੀਜਨ ਗਲਤ ਸੀ ਉਸ ਟਾਈਮ ਦੇ ਵਿੱਚ ਅਗਰ ਉਹਨਾਂ ਨੇ ਇਲੈਕਸ਼ਨ ਲੜਨੀ ਸੀ ਤਾਂ ਉਹ ਸਿੰਗੂ ਬਾਰਡਰ ਤੋਂ ਹੀ ਸਾਰੇ ਇਕੱਠੇ ਹੋ ਕੇ ਬੋਲ ਕੇ ਹੁੰਦੇ ਕਿ ਬਈ ਪੰਜਾਬ ਵਾਲਿਓ ਤਿਆਰੀ ਕਰ ਲੋ ਮੋੜ ਮਾ ਜਵਾਬ ਦਿੱਤਾ ਗਿਆ ਕਿ ਅਗਰ ਤੂੰ ਖਾ ਕਰੋਗੇ ਤਾਂ ਇਹੀ ਕੁਝ ਹੋਊਗਾ ਜਿਹੜੀਆਂ ਹੁਣ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ 99 ਸੀਟਾਂ ਜਿੱਤੀਆਂ ਨੇ ਉਹੀ ਕਾਰਨ ਬਣ ਗਿਆ ਕਿ ਤੁਸੀਂ ਇਧਰਲੇ ਪਾਸੇ ਨੂੰ ਹੋ ਗਏ ਹਰਿਆਣੇ ਦੇ ਵਿੱਚ ਕਿਹੜੀਆਂ ਜ਼ਿੰਮੇਵਾਰੀਆਂ ਤੁਹਾਨੂੰ ਦਿੱਤੀਆਂ ਜੇ ਮੌਕਾ ਪ੍ਰਸਤ ਹੁੰਦੇ ਤਾ ਚੰਡੀਗੜ੍ਹ ਦੇ ਵਿੱਚ ਵੀ ਇਲੈਕਸ਼ਨ ਹੋਇਆ ਸੀ ਰਾਜ ਨੂੰ ਉੱਥੋਂ ਵੀ ਆਫਰ ਸੀ ਕਹਿੰਦੇ ਕਿ ਪਹਿਲਾਂ ਆਪਣੇ ਪੰਜਾਬ ਦੇ ਮੈਰੀਟੋਰੀਅਸ ਸਕੂਲ ਜਿਹੜੇ ਹੈਗੇ ਜਾਂ ਹੋਰ ਵਧੀਆ ਸਕੂਲ ਹੈਗੇ ਉਹ ਦੇਖ ਲਓ ਫੇਰ ਤੁਹਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਐਕਚੁਅਲ 'ਚ ਜਿਹੜੇ ਵਿਰੋਧੀ ਆ ਨਾ ਉਹ ਬਖਲਾਟ ਦੇ ਵਿੱਚ ਨੇ 50 ਸਾਲਾਂ ਦਾ ਪੰਜਾਬ ਦੇ ਵਿੱਚ ਜਿਹੜਾ ਗੰਦ ਪਿਆ ਹੋਇਆ ਅਕਾਲੀ ਕਾਂਗਰਸੀ ਅਕਾਲੀ ਕਾਂਗਰਸੀ ਤਾਂ ਕਹਿੰਦੇ ਕਿ ਸਿੱਧੇ ਤੌਰ ਤੇ ਆਪਣੀ ਕਮਾਂਡ ਪੰਜਾਬ ਦਿੱਲੀ ਦੇ ਹੱਥਾਂ ਚ ਫੜਾ ਰਹੇ ਆ। ਮੈਂ ਗੱਲ ਕਹਨੀ ਹੈ ਕਿ ਇੱਕ ਜੇ ਸਮਝਦਾਰ ਵਿਅਕਤੀ ਸਾਡੇ ਪੰਜਾਬ ਦਾ ਸੁਧਾਰ ਕਰ ਸਕਦਾ ਤਾਂ ਫਿਰ ਕਮਾਂਡ ਦਾ ਕੋਈ ਚੱਕਰ ਨਹੀਂ ਆ। ਲੋਕਾਂ ਨੇ ਸਵਾਲ ਯਕੀਨਨ ਚੱਕਨੇ ਨੇ ਕਿ ਔਦਿਆਂ ਦੀ ਭੁੱਖ ਸੀਗੀ ਕਿਤੇ ਨਾ ਕਿਤੇ ਸਿਆਸੀ ਹੋਣ ਦਾ ਕਾਰਨ ਸੀਗਾ ਇਹ ਹੀ ਕਰਕੇ ਅੰਦੋਲਨ ਦੇ ਵਿੱਚ ਵੀ ਤੁਸੀਂ ਭੂਮਿਕਾ ਨਿਭਾਉਂਦੇ ਰਹੇ। ਜਦੋਂ ਇਦਾਂ ਦੇ ਸਵਾਲ ਹੋਣੇ ਨੇ ਕਿਉਂਕਿ ਮੈਨੂੰ ਪਤਾ ਇਸ ਇੰਟਰਵਿਊ ਤੋਂ ਬਾਅਦ ਹੋਰ ਪੱਤਰਕਾਰਾਂ ਦੇ ਘਟ ਤੱਕ ਪਹੁੰਚ ਕਰਨੇ ਸਵਾਲ ਵੀ ਹੋਣੇ ਤਾਂ। ਕਿਤੇ ਕਿਤੇ ਤੁਸੀਂ ਆਪਦੇ ਲੋਕਾਂ ਦੇ ਲਈ ਹੱਕ ਸੱਚ ਦੀ ਆਵਾਜ਼ ਚੱਕੋਗੇ ਉੱਥੇ ਤੁਹਾਨੂੰ ਤਸ਼ੱਦਦ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਣਾ ਤੇ ਰਾਜ 2 ਸਾਲਾਂ ਤੋਂ ਸਰਕਾਰ ਦੀ ਤਸ਼ੱਦਦ ਹੀ ਝੱਲ ਰਹੀ ਆ ਬਾਕੀ ਪਰਚਿਆਂ ਪੁਰਚਿਆਂ ਦਾ ਤਾਂ ਕੋਈ ਰੌਲਾ ਨਹੀਂ ਧਮਕੀਆਂ ਦਾ ਕੋਈ ਰੌਲਾ ਨਹੀਂ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਜਦੋਂ ਤੁਹਾਡੇ ਨੂੰ ਲੈ ਕੇ ਆਉਂਦੇ ਆ ਤੁਹਾਡੇ ਲਈ ਕੋਈ ਵੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਸ ਪ੍ਰੋਗਰਾਮ ਦੇ ذریعے तमाम ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਦੀ ਕਰੀਏ ਤਾਂ ਨਾਲ ਦੀ ਨਾਲ ਇਹ ਵੀ ਸਾਡਾ ਫਰਜ਼ ਹੁੰਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਮਸਲੇ ਚੱਲ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰੀਏ ਨਾਲ ਦੀ ਨਾਲ ਗਵਾਂਢੀ ਸੂਬਿਆਂ ਦੇ ਕੀ ਕੁ ਹੋ ਰਿਹਾ ਉਹਨਾਂ ਦਾ ਜ਼ਿਕਰ ਵੀ ਤੁਹਾਡੇ ਨਾਲ ਕਰੀਏ ਅੱਜ ਸਾਡੇ ਨਾਲ ਰਾਜੀ ਕੋਰ ਨੇ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਦ ਕਿ ਅੰਦੋਲਨ ਜਦੋਂ ਦਿੱਲੀ ਦੇ ਵਿੱਚ ਚੱਲਿਆ ਤਾਂ ਵੱਡੇ ਪੱਧਰ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਰਹੇ ਚੜੂਨੀ ਗਰੁੱਪ ਨੇ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਪਰ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਕਾਂਗਰਸ ਨੂੰ ਕਿਉਂਕਿ ਕਹਿੰਦੇ ਕਿ ਆਫਰਾਂ ਕਾਂਗਰਸ ਤੋਂ ਵੀ ਸੀ ਐਕਾਲੀ ਦਲ ਤੋਂ ਵੀ ਸੀਗੀਆਂ ਪਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਹਰਿਆਣਾ ਦੇ ਵਿੱਚ ਖਾਸ ਕਰਕੇ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਕਾਰਨ ਕੀ ਰਹੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪਹਿਲਾਂ ਕਿਸਾਨਾਂ ਦੇ ਨਾਲ ਚੱਲਦੇ ਸੀਗੇ ਕੀ ਕਾਰਨ ਕੀ ਰਹੇ ਕਿ ਆਮ ਆਦਮੀ ਪਾਰਟੀ ਚੰਗੀ ਲੱਗਣ ਲੱਗੀ ਆ ਅ ਪਹਿਲਾਂ ਤਾਂ ਵੀਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਮੇਰੀ ਪਹਿਲੀ ਇੰਟਰਵਿਊ ਆ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਅ ਐਕਚੁਅਲ ਦੇ ਵਿੱਚ ਅਸੀਂ ਸਾਰੇ ਇਹ ਗੱਲ ਕਹਿੰਨੇ ਆ ਕਿ ਰਾਜਨੀਤੀ ਕ੍ਰਾਪਸ਼ਨ ਹਰ ਚੀਜ਼ਾਂ ਬਹੁਤ ਵਧੀਆ ਪਈਆਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਅਸੀਂ ਉਦੋਂ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਸੀਗੇ ਕਿ ਸਾਨੂੰ ਬਰੋਬਰ ਕਿਸਾਨਾਂ ਦੇ ਬੱਚਿਆਂ ਨੂੰ ਰਾਜਨੀਤੀ ਵਿੱਚ ਬੈਠਣਾ ਪਊਗਾ ਤਾਂ ਜਾ ਕੇ ਸਾਡੇ ਜਿਹੜੀ ਕਿਸਾਨਾਂ ਦੀ ਉਹ ਸੁਣਵਾਈ ਹੋਊਗੀ ਔਰ ਮੈਨੂੰ ਐ ਲੱਗਿਆ ਕਿ ਰਾਜਨੀਤੀ 'ਚ ਆਉਣਾ ਜ਼ਰੂਰੀ ਹੈ ਕਿਉਂਕਿ ਚਲੋ ਲੋਕ ਵੀ ਕਹਿੰਦੇ ਸੀ ਕਿ ਤੁਹਾਡੇ ਵਰਗੇ ਬੱਚੇ ਅਗਰ ਰਾਜਨੀਤੀ 'ਚ ਆਉਣਗੇ ਤਾਂ ਤਾਂ ਹੀ ਰਾਜਨੀਤੀ ਦਾ ਭਲਾ ਹੋਊਗਾ ਕਹਿੰਦੇ ਹੁੰਦੇ ਆ ਘਰ ਦੇ ਵਿੱਚ ਜਦੋਂ ਅਸੀਂ ਸਾਡੇ ਕੰਮ ਵਾਲੇ ਰੱਖੇ ਜਾਂਦੇ ਆ ਜਿੰਨਾਂ ਤੋਂ ਅਸੀਂ ਝਾੜੂ ਪੋਚਾ ਕਰਾਉਣਾ ਜਾਂ ਕੋਈ ਵੀ ਕੰਮ ਕਰਾਉਣਾ ਜੇ ਇੱਕ ਬੰਦਾ ਕੰਮ ਸਹੀ ਨਹੀਂ ਕਰਦਾ ਤਾਂ ਉਹਨੂੰ ਹਟਾਉਨੇ ਆ ਫਿਰ ਦੂਜੇ ਤੋਂ ਹਟਾਉਨੇ ਆ ਹਾਰ ਕੇ ਅੱਕ ਕੇ ਪੰਜਾਬੀ ਇੱਕੋ ਗੱਲ ਕਰਦੇ ਹੁੰਦੇ ਆ ਤਾਂ ਮੈਨੂੰ ਆਪ ਨੂੰ ਹੀ ਕਰਨਾ ਪੈਣਾ ਤਾਂ ਮੈਨੂੰ ਇਹ ਲੱਗਿਆ ਕਿ ਰਾਜਨੀਤੀ ਵਿੱਚ ਆਉਣਾ ਜਿਹੜਾ ਉਹ ਬਹੁਤ ਜ਼ਰੂਰੀ ਸੀਗਾ ਤਾਂ ਜੋ ਵੈਸੇ ਰਾਜ ਕਿਸਾਨਾਂ ਦੀ ਬੱਚੀ ਅਤੇ ਕਿਸਾਨਾਂ ਦੇ ਨਾਲ ਖੜੀ ਹਰ ਮੁੱਦਿਆਂ ਦੇ ਉੱਤੇ ਪਰ ਕਿਸਾਨਾਂ ਦੇ ਬੱਚੇ ਜਿੰਨੀ ਦੇਰ ਤੱਕ ਸਿਆਸਤ ਦੇ ਵਿੱਚ ਆ ਕੇ ਉਹਨਾਂ ਕੁਰਸੀਆਂ ਤੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਨਹੀਂ ਬੈਠਦੇ ਤਦ ਤੱਕ ਮੇਰੇ ਖਿਆਲ ਚ ਸਾਡੇ ਕਿਸਾਨ ਦੀ ਜਿਹੜੀ ਉਹ ਸੁਣਵਾਈ ਨਹੀਂ ਹੋਊਗੀ ਕਿਸਾਨੀ ਅੰਦੋਲਨ ਨੇ ਬਹੁਤ ਵੱਡੀ ਅਲਖ ਲੋਕਾਂ ਦੇ ਵਿੱਚ ਜਗਾਈ ਸੀ ਬਹੁਤ ਵੱਡਾ ਹੰਗਾਰਾ ਦਿੱਤਾ ਸੀਗਾ ਪਰ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਹੋਈਆਂ ਤਾਂ ਇੰਨੀ ਮਾੜੀ ਹਾਰ ਜ਼ਮਾਨਤਾ ਤੱਕ ਨਹੀਂ ਬਚਾ ਸਕੇ ਕਾਰਨ ਕੀ ਰਹੇ ਏਕਾ ਨਹੀਂ ਰਿਹਾ ਇੱਥੇ ਆਣ ਕੇ ਇਹੀ ਵੱਡਾ ਕਾਰਨ ਮੰਨਦੇ ਹੋ ਜਾਂ ਹੋਰ ਵੀ ਕਾਰਨ ਨੇ ਆ ਦੇਖੋ ਮੈਂ ਇੱਕ ਗੱਲ ਕਹੂੰਗੀ ਸਾਡੇ ਬਜ਼ੁਰਗਾਂ ਸਮਾਨ ਨੇ ਰਾਜਵਾਲ ਸਾਹਿਬ ਉਹਨਾਂ ਦਾ ਡਿਸੀਜਨ ਗਲਤ ਸੀ ਉਸ ਟਾਈਮ ਦੇ ਵਿੱਚ ਅਗਰ ਉਹਨਾਂ ਨੇ ਇਲੈਕਸ਼ਨ ਲੜਨੀ ਸੀ ਤਾਂ ਉਹ ਸਿੰਘੂ ਬਾਰਡਰ ਤੋਂ ਹੀ ਸਾਰੇ ਇਕੱਠੇ ਹੋ ਕੇ ਬੋਲ ਕੇ ਆਉਂਦੇ ਕਿ ਬਈ ਪੰਜਾਬ ਵਾਲਿਓ ਤਿਆਰੀ ਕਰ ਲਓ ਆਪਾਂ ਆਵਦੀ ਜਿਹੜੀ ਹੈਗੀ ਆ ਉਹ ਪਾਰਟੀ ਬਣਾਵਾਂਗੇ ਪਰ ਉਹਨਾਂ ਨੇ ਮਤਲਬ ਪਤਾ ਨਹੀਂ ਕਿਉਂ ਇਦਾਂ ਦਾ ਉਹ ਕਹਿੰਦੇ ਨੇ ਕਿ 40 ਸਾਲਾਂ ਦਾ ਐਕਸਪੀਰੀਅੰਸ ਆ ਸਾਡਾ ਬਹੁਤ ਤਰ੍ਹਾਂ ਦਾ ਅਸੀਂ ਤਾਂ ਜੇ ਬਹੁਤ ਬੱਚੇ ਆ ਤਾਂ ਉਹਨਾਂ ਨੇ ਇਦਾਂ ਦਾ ਡਿਸੀਜਨ ਕਿਉਂ ਲਿਆ ਉਹਨਾਂ ਦੀ ਜਿਹੜੀ ਉਹ ਹਾਰ ਸੀਗੀ ਉਹ ਲਾਜ਼ਮੀ ਸੀਗੀ ਕਿਉਂਕਿ ਇੱਕਾ ਜਿੱਥੇ ਆ ਸਾਰਾ ਕੁਝ ਹੁਣ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿੱਤੀ ਅਤੇ ਇੱਕ ਚੇਂਜ ਤੇ ਭਗਵੰਤ ਮਾਨ ਦੇ ਚਿਹਰੇ ਨੂੰ ਤੇ ਕੇਜਰੀਵਾਲ ਸਾਹਿਬ ਦੇ ਜਿਹੜੇ ਦਿੱਲੀ ਮਾਡਲ ਆ ਉਸ ਚੀਜ਼ ਨੂੰ ਲੋਕਾਂ ਨੇ ਵੋਟਾਂ ਦਿੱਤੀਆਂ ਨੇ ਤਾਂ ਜਿਹੜਾ ਸਾਡੀਆਂ ਜਥੇਬੰਦੀਆਂ ਨੇ ਜਿਹੜੀ ਪਾਰਟੀ ਬਣਾਈ ਆ ਕਿਤੇ ਨਾ ਕਿਤੇ ਉਹ ਸਾਡੀਆਂ ਕਿਸਾਨਾਂ ਦੇ ਨਾਲ ਜਿਹੜਾ ਉਹਨਾਂ ਨੇ ਧੋਖਾ ਕੀਤਾ ਤਾਂ ਕਰਕੇ ਉਹਨਾਂ ਨੂੰ ਸਾਡੇ ਹੀ ਕਿਸਾਨਾਂ ਦੁਆਰਾ ਜਿਹੜਾ ਉਹਨਾਂ ਨੂੰ ਉਸ ਚੀਜ਼ ਦਾ ਉਹ ਮੋੜ 'ਚ ਜਵਾਬ ਦਿੱਤਾ ਗਿਆ ਕਿ ਅਗਰ ਧੋਖਾ ਕਰੋਗੇ ਤਾਂ ਇਹੀ ਕੁਝ ਹੋਊਗਾ ਨਹੀਂ ਇਹ ਧੋਖਾ ਕਿਸ ਤਰੀਕੇ ਨਾਲ ਹੋਇਆ ਤੁਹਾਡੇ ਹਿਸਾਬ ਨਾਲ ਕਿ ਦੇਰੀ ਕਰ ਦਿੱਤੀ ਇਹ ਧੋਖਾ ਹੋਇਆ ਜਾਂ ਫਿਰ ਆਪਣੇ ਉਹ ਰਾਜਸੀ ਲਾਹੇ ਦੇਖਦੇ ਰਹੇ ਇਹ ਕਰਨ ਰਹੇ ਕਿਉਂਕਿ ਡੱਲੇਵਾਲ ਸਭ ਕੁਝ ਹੋਰ ਬੋਲਦੇ ਨੇ ਰਾਜਵਾਲ ਸਭ ਕੁਝ ਹੋਰ ਬੋਲਦੇ ਨੇ ਬਾਕੀ ਜਥੇਬੰਦੀਆਂ ਹੋਰ ਬੋਲਦੇ ਮੈਨੂੰ ਲੱਗਦਾ ਦੇਰੀ ਨਹੀਂ ਕਾਲੀ ਕੀਤੀ ਗਈ ਅਗਰ ਸ਼ਾਇਦ ਕਿਸਾਨ ਅਜੇ ਪਾਰਟੀ ਨਾ ਬਣਾਉਂਦੇ 2024 ਦੇ ਇਲੈਕਸ਼ਨ ਦੇ ਵਿੱਚ ਅਗਰ ਇਹ ਪਾਰਟੀ ਬਣ ਕੇ ਆਉਂਦੀ ਤਾਂ ਸ਼ਾਇਦ ਬਹੁਤ ਵਧੀਆ ਜਿਹੜਾ ਰੋਲ ਆ ਪੰਜਾਬ ਦੇ ਵਿੱਚ ਅਦਾ ਕਰ ਪਾਉਂਦੇ ਪਰ ਚਲੋ ਕਿਸਮਤ ਆ ਹਰ ਕਿਸੇ ਦੀ ਪਰ ਆਮ ਆਦਮੀ ਪਾਰਟੀ ਆ ਜਿਹੜੀ ਹੁਣ ਆਪ ਦਾ ਜਿਹੜਾ ਹੈਗਾ 93 ਸੀਟਾਂ ਦੇ ਨਾਲ ਉੱਥੋਂ ਜਿੱਤੇ ਆ ਤੇ ਸਾਡੇ ਕਿਸਾਨਾਂ ਨੇ ਜਿਤਾਇਆ ਉਹ ਵੀ ਪਾਰਟੀ ਨੂੰ ਸਾਡੇ ਕਿਸਾਨਾਂ ਨੇ ਜਿਤਾਇਆ ਤਾਂ ਸੋ ਲੱਗੇ ਹੋਏ ਆ ਸਾਰੇ ਦੇਖਦੇ ਆ ਇਹ ਜਿਹੜੀਆਂ ਹੁਣ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ 91 ਸੀਟਾਂ ਜਿੱਤੀਆਂ ਨੇ ਉਹੀ ਕਾਰਨ ਬਣ ਗਿਆ ਕਿ ਤੁਸੀਂ ਇਧਰਲੇ ਪਾਸੇ ਨੂੰ ਹੋ ਗਏ ਹਰਿਆਣੇ ਦੇ ਵਿੱਚ ਕਿਹੜੀਆਂ ਜ਼ਿੰਮੇਵਾਰੀਆਂ ਤੁਹਾਨੂੰ ਦਿੱਤੀਆਂ ਗਈਆਂ ਆ ਦੇਖੋ ਵੀਰੇ ਜੇ ਮੌਕਾ ਪ੍ਰਸਤ ਹੁੰਦੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਲੈਕਸ਼ਨ ਹੋਇਆ ਸੀ ਰਾਜ ਨੂੰ ਉੱਥੋਂ ਵੀ ਆਫਰ ਸੀ ਜੇ ਮੌਕਾ ਪ੍ਰਸਤ ਹੁੰਦੀ ਤਾਂ ਪੰਜਾਬ ਦੇ ਵਿੱਚ ਵੀ ਆਫਰ ਸੀ ਹਨਾ ਆਪਾਂ ਮੌਕਾ ਪ੍ਰਸਤ ਨਹੀਂ ਪਰ ਲੱਗਿਆ ਕਿ ਸ਼ਾਇਦ ਕੁਝ ਕਾਰਨ ਵੀ ਰਹਿ ਕਿ ਲੱਗਿਆ ਕਿ ਰਾਜਨੀਤੀ 'ਚ ਆਉਣਾ ਪਊਗਾ ਹਨਾ ਤੇ ਬਾਕੀ ਹੁਣ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਦੇ ਵਿੱਚ ਨਾਰਥ ਜ਼ੋਨ ਮਹਿਲਾ ਵਿੰਗ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਗਿਆ ਜਿੰਮੇਵਾਰੀ ਹੈ 7 ਜ਼ਿਲ੍ਹਿਆਂ ਦੀ ਤਾਂ ਰਾਜਕੋਰ ਨੇ ਜਿਵੇਂ ਅੰਦੋਲਨ ਦੇ ਵਿੱਚ ਜੀ ਜਾਨ ਲਾਈ ਆ ਉਦਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਜੀ ਜਾਨ ਲਾਊਗੀ ਔਰ ਹਰਿਆਣਾ ਦੇ ਵਿੱਚ ਪੰਜਾਬ ਨੇ ਜੋ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਮੇਰੇ ਖਿਆਲ ਚ ਹਵਾਵਾਂ ਜਿਹੜੀਆਂ ਉਹ ਹਰਿਆਣਾ ਵੱਲ ਨੂੰ ਵੀ ਉਹੀ ਝੁਕਾ ਕਰ ਰਹੀਆਂ ਨੇ ਡੇ ਬਾਏ ਡੇ ਬਹੁਤ ਭਾਰੀ ਮਾਤਰਾ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਆਪਦੇ ਭਰਾ ਤੋਂ ਸਿੱਖ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਆ ਲੋਕ ਕਹਿੰਦੇ ਪੰਜਾਬ ਦੇ ਵਿੱਚ ਵਾਦੇ ਵੱਡੇ ਕਰ ਦਿੱਤੇ ਹੁਣ ਉਹ ਪੂਰੇ ਨਹੀਂ ਹੋ ਰਹੇ ਬਿਜਲੀ ਦਾ ਸੰਕਟ ਬਣਿਆ ਹੋਇਆ ਪੰਜਾਬ ਤੇ ਕਹਿੰਦੇ ਸੀਗੇ ਆਉਂਦੇ ਸਾਰੀ ਬਿਜਲੀ ਸਸਤੀ ਕਰਨੀ ਆ ਅਰਵਿੰਦ ਕੇਜਰਵਾਲ ਕਹਿੰਦੇ ਸੀ ਕਿ ਆਉਂਦੇ ਸਾਲ ਆਉਂਦੇ ਸਾਰ 24 ਘੰਟਿਆਂ ਦੇ ਵਿੱਚ ਬਿਦਵੀ ਦੇ ਮਸਲਿਆਂ ਦਾ ਹੱਲ ਕਰਨਾ ਹਾਲੇ ਤੱਕ ਉਧਰਲੇ ਪਾਸੇ ਕੋਈ ਪੈਰ ਵਧਾਵਾ ਨਹੀਂ ਹੋਇਆ ਸਾਰੇ ਲੋਕ ਸਵਾਲ ਕਰ ਰਹੇ ਨੇ ਉਲਟਾ ਇੱਥੋਂ ਦੇ ਵਿਧਾਇਕ ਜਿਹੜੇ ਆ ਹੁਣ ਦਿੱਲੀ ਜਾ ਕੇ ਸਿੱਖ ਰਹੇ ਨੇ ਦਿੱਲੀ ਮਾਡਲ ਕੀ ਹੈਗਾ ਸਕੂਲ ਕਿਹੜਾ ਹੈਗਾ ਤਾਂ ਵਿਰੋਧੀ ਉੱਤੇ ਵੀ ਤੰਜ ਕੱਸ ਰਹੇ ਨੇ ਕਹਿੰਦੇ ਕਿ ਪਹਿਲਾਂ ਆਪਣੇ ਪੰਜਾਬ ਦੇ ਮੈਰੀਟੋਰੀਅਸ ਸਕੂਲ ਜਿਹੜੇ ਹੈਗੇ ਜਾਂ ਹੋਰ ਵਧੀਆ ਸਕੂਲ ਹੈਗੇ ਉਹ ਦੇਖ ਲਓ ਫਿਰ ਤੁਹਾਨੂੰ ਦਿੱਲੀ ਜਾਣ ਦੀ ਲੋੜ ਪਵੇ ਅ ਐਕਚੁਅਲ 'ਚ ਜਿਹੜੇ ਵਿਰੋਧੀ ਆ ਨਾ ਉਹ ਬਖਲਾਟ ਦੇ ਵਿੱਚ ਨੇ ਅ ਕਿਉਂਕਿ 50 ਸਾਲਾਂ ਦਾ ਪੰਜਾਬ ਦੇ ਵਿੱਚ ਜਿਹੜਾ ਗੰਦ ਪਿਆ ਹੋਇਆ ਅਕਾਲੀ ਕਾਂਗਰਸੀ ਅਕਾਲੀ ਕਾਂਗਰਸੀ ਇੱਕ ਜਦੋਂ ਚੇਂਜ ਆਉਂਦੀ ਆ ਇੱਕ ਪਾਰਟੀ ਜਦੋਂ ਭ੍ਰਸ਼ਟਾਚਾਰ ਨੂੰ ਖਤਮ ਕਰਦੀ ਆ ਇੱਕ ਆ ਪਾਰਟੀ ਹੈ ਜਿਹੜੀ ਉਹ ਇੱਕ ਸੱਚੇ ਸੁੱਚੇ ਤਰੀਕੇ ਦੇ ਨਾਲ ਜਿਹੜੀ ਉਹ ਆਪਦਾ ਰੋਲ ਅਦਾ ਕਰਦੀ ਆ ਮੈਨੂੰ ਇੱਕ ਗੱਲ ਦੱਸੋ 50 ਸਾਲਾਂ ਦਾ ਜਿਹੜਾ ਕੀ ਪੰਜਾਬ ਆ ਕਰਜ਼ੇ ਚ ਡੁੱਬਿਆ ਨਸ਼ੇ ਦੇ ਵਿੱਚ ਉਹ ਹੋਇਆ ਪਿਆ ਐਨੀ ਜ਼ਿਆਦਾ ਰਾਜਨੀਤਿਕ ਜਿਹੜੀ ਗੰਦਗੀ ਆ ਉਹਨੂੰ 1 ਮਹੀਨੇ ਦੇ ਵਿੱਚ ਭਗਵੰਤ ਮਾਨ ਆ ਜਿਹੜੇ ਉਹ ਚਾਰੇ ਠੀਕ ਕਰਨ ਦੇ ਵਿੱਚ ਲੱਗੇ ਹੋਏ ਆ ਦੇਖੋ ਸਮਾਂ ਲੱਗੂਗਾ ਪਰ ਮੈਨੂੰ 110% ਇਸ ਚੀਜ਼ ਦੀ ਉਮੀਦ ਆ ਕਿ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਪੰਜਾਬ ਨੂੰ ਵੀ ਦਿੱਲੀ ਮਾਡਲ ਜ਼ਰੂਰ ਪੇਸ਼ ਕਰਨਗੇ ਉਸ ਦੇ ਨਾਲ ਹਿਮਾਚਲ ਦੇ ਵਿੱਚ ਵੀ ਜਿੱਤ ਹੋਊਗੀ ਤਾਂ ਹਰਿਆਣੇ ਦੇ ਵਿੱਚ ਵੀ ਉਹ ਮਾਡਲ ਆ ਜਿਹੜਾ ਜ਼ਰੂਰ ਆਊਗਾ ਇਹ ਬੜੀ ਅਹਿਮ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਦਿੱਲੀ ਮਾਡਲ ਦਿੱਲੀ ਮਾਡਲ ਨੂੰ ਲੈ ਕੇ ਬਹੁਤ ਚਰਚਾਵਾਂ ਚੱਲੀਆਂ ਹੋਈਆਂ ਨੇ ਦਿੱਲੀ ਇੱਕ ਸਿਟੀ ਸਟੇਟ ਹੈਗੀ ਆ ਉਹਦੇ ਵਿੱਚ ਉਸ ਤਰੀਕੇ ਦੇ ਕੰਮ ਹੁੰਦੇ ਨੇ ਕਿਉਂਕਿ ਸ਼ਹਿਰੀ ਲੋਕ ਜ਼ਿਆਦਾ ਰਹਿੰਦੇ ਨੇ ਪੰਜਾਬ ਦੇ ਵਿੱਚ 70% ਤੋਂ ਵੱਧ ਆਬਾਦੀ ਜਿਹੜੀ ਪਿੰਡਾਂ ਦੇ ਵਿੱਚ ਵੱਸਦੀ ਹੈ ਲੱਗਦਾ ਕਿ ਉਹੀ ਮਾਡਲ ਇੱਥੇ ਫਿੱਟ ਬੈਠ ਸਕਦਾ ਜਾਂ ਇੱਥੇ ਪੰਜਾਬ ਨੂੰ ਪੰਜਾਬ ਮਾਡਲ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਮਾਡਲ ਦੀ ਚਰਚਾ ਕਰਦੇ ਰਹੇ ਨੇ ਹੋਰ ਵਿਰੋਧੀਆਂ ਦੇ ਵਿੱਚ ਵੀ ਇਹ ਚਰਚਾ ਚੱਲਦੀ ਰਹੀ ਹੈ ਕਿ ਪੰਜਾਬ ਨੂੰ ਪੰਜਾਬ ਮਾਡਲ ਦੀ ਲੋੜ ਹੈ ਨਾ ਕਿ ਦਿੱਲੀ ਦੀ ਅੱਜ ਜਿਹੜ ਮਾਪਗੰਤ ਮਾਨ ਕਿਉਂਕਿ ਦਿੱਲੀ ਵਿਜ਼ਿਟ ਕੀਤੀ ਸੀ ਉਹਨਾਂ ਨੇ ਤਾਂ ਕਹਿੰਦੇ ਐਜੂਕੇਸ਼ਨ ਦੇ ਮੁੱਦੇ ਤੇ ਤਾਂ ਹੋਰ ਮੁੱਦਿਆਂ ਤੇ ਸਮਝੌਤੇ ਹੋਗੇ ਨੇ ਹੁਣ ਉੱਥੋਂ ਗਾਈਡਲਾਈਨਸ ਮਿਲਣਗੇ ਆ ਤੇ ਪੰਜਾਬ ਉਸ ਤਰੀਕੇ ਨਾਲ ਕੰਮ ਕਰੂਗਾ ਉਹਨਾਂ ਦੀਆਂ ਹਦਾਇਤਾਂ ਤੇ ਤਾਂ ਕਹਿੰਦੇ ਕਿ ਸਿੱਧੇ ਤੌਰ ਤੇ ਆਪਣੀ ਕਮਾਂਡ ਪੰਜਾਬ ਦਿੱਲੀ ਦੇ ਹੱਥਾਂ ਚ ਫੜਾ ਰਿਆ ਆ ਆ ਦੇਖੋ ਕਮਾਂਡ ਦੀ ਗੱਲ ਨਹੀਂ ਹੁੰਦੀ ਮੈਂ ਇਹ ਗੱਲ ਕਹਨੀ ਹੈ ਕਿ ਇੱਕ ਜੇ ਸਮਝਦਾਰ ਵਿਅਕਤੀ ਸਾਡੇ ਪੰਜਾਬ ਦਾ ਸੁਧਾਰ ਕਰ ਸਕਦਾ ਤਾਂ ਫਿਰ ਕਮਾਂਡ ਦਾ ਕੋਈ ਚੱਕਰ ਨਹੀਂ ਆ ਇੱਕ ਸਮਝਦਾਰ ਵਿਅਕਤੀ ਹੈ ਕੇਜਰੀਵਾਲ ਸਾਹਿਬ ਬਹੁਤ ਸਮਝਦਾਰ ਨੇ ਔਰ ਇੱਕ ਗੱਲ ਹੋਰ ਹੈ ਕਿ ਵੱਡੀ ਗੱਲ ਹੈ ਸਿੱਖਿਆ ਦੀ ਆ ਰਹੀ ਆ ਜਿਹੜੀ ਸਾਡੀ ਪੰਜਾਬ ਦੀ ਜਦੋਂ ਕਹਿੰਦੇ ਹੁੰਦੇ ਆ ਨਾ ਸਾਡੀ ਪੜ੍ਹਾਈ ਦੇ ਵਿੱਚ ਸੁਧਾਰ ਹੋ ਗਿਆ ਤਾਂ ਅੱਧਿਓ ਜਿਆਦਾ ਸੁਧਾਰ ਤਾਂ ਆਪੇ ਹੋ ਜਾਣਾ ਅਸੀਂ ਲੋਕ ਹੋਰ ਗੱਲਾਂ 'ਚ ਕਿਉਂ ਔੜੇ ਪਏ ਆ ਕਿ ਉਹ ਚਾਹੀਦਾ ਉਹ ਚਾਹੀਦਾ ਮੈਂ ਕਹਿੰਨੀ ਆ ਕਿ ਮੇਰੇ ਬੇਟੇ ਨੂੰ ਇੱਕ ਚੰਗੀ ਪੜ੍ਹਾਈ ਚਾਹੀਦੀ ਆ ਤੇ ਪੜ੍ਹਾਈ ਦੇ ਨਾਲ-ਨਾਲ ਹਰ ਘਰ ਦੇ ਵਿੱਚ ਇੱਕ ਨੌਕਰੀ ਚਾਹੀਦੀ ਆ ਕਿਉਂਕਿ ਅਸੀਂ ਭੀਖ ਕਿਉਂ ਮੰਗੀਏ ਅਸੀਂ ਆਪਦੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਪ੍ਰਣਾਲੀ ਮੰਗ ਕੇ ਅਸੀਂ ਆਪਦੇ ਬੱਚਿਆਂ ਨੂੰ ਇੱਥੇ ਹੀ ਨੌਕਰੀ ਲਵਾਈਏ ਲੋਕ ਹੋਰ ਗੱਲਾਂ ਚ ਉਲਝੇ ਰਹਿੰਦੇ ਨੇ ਪਰ ਮੈਂ ਇਹ ਗੱਲ ਕਹਿੰਨੀ ਆ ਕਿ ਜੇ ਇਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਪ੍ਰਣਾਲੀ ਦਾ ਸੁਧਾਰ ਕੀਤਾ ਕ腐ਸ਼ਨ ਦਾ ਸਿਹਾਰ ਕੀਤਾ ਜਦੋਂ ਕੋਈ ਆਦਮੀ ਸੱਚ ਦੇ ਰਸਤੇ ਦੇ ਚੱਲਦਾ ਤਾਂ ਉਦੋਂ ਦੂਜੇ ਲੋਕਾਂ ਨੂੰ ਹਜਮ ਨਹੀਂ ਹੁੰਦਾ ਮੈਨੂੰ ਇਹਨਾਂ ਉਮੀਦ ਹੈ ਇਹਨਾਂ ਚੀਜ਼ਾਂ ਦੀ ਕਿ ਭਗਵਾਨਤਮਨ ਜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆ ਔਰ ਉਹ ਭਾਵੇਂ ਦਿੱਲੀ ਮਾਡਲ ਦੇ ਰਾਈ ਕਰਨ ਪਰ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਦਾ ਪਤਾ ਹੈ ਔਰ ਉਹ ਪੰਜਾਬ ਦੇ ਮਸਲਿਆਂ ਦੇ ਲਈ ਆਵਾਜ਼ ਚੱਕਣਗੇ ਕਿਉਂਕਿ ਜਿਹੜਾ ਇਨਸਾਨ ਇਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤਾਂ ਉਹ ਲੋਕ ਸਭਾ ਦੇ ਵਿੱਚ ਵੀ ਪੰਜਾਬ ਦੇ ਲਈ ਚੀਖ ਚੀਖ ਕੇ ਬੋਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਗਵਾਨ ਤਮਨਜੀ ਤੇ ਕੇਜਰੀਵਾਲ ਜੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਬੁਰਾ ਕਰਨਗੇ ਦੇਰ ਆਏ ਦਰਸਤਾਈ ਪਰ ਹੌਲੀ-ਹੌਲੀ ਦੇਖੋ ਕੰਮ ਕਰਨਗੇ ਜਿਆਦਾ ਸਪੀਡ ਚੱਕਣ ਦੀ ਮੇਰੇ ਖਿਆਲ ਦੇ ਵਿੱਚ ਕਾਲੀ ਅੱਗੇ ਟੋਏ ਹੁੰਦੇ ਆ ਹੌਲੀ-ਹੌਲੀ 1 ਮਹੀਨਾ ਹੋਇਆ ਹਜੇ ਔਰ ਹੌਲੀ-ਹੌਲੀ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਗੱਡੀ ਆ ਉਹ ਜ਼ਰੂਰ ਲੀਤੇ ਆਉਗੀ ਇੱਕ ਗੱਲ ਹੋਰ ਆ ਵੀਰੇ ਕਹਿਣੀ ਨਹੀਂ ਚਾਹੀਦੀ ਪਰ ਜਦੋਂ ਸਾਡੇ ਘਰਾਂ ਦੇ ਵਿੱਚ ਕ੍ਰਾਪਸ਼ਨ ਦਾ ਰੋਜ਼ ਦਾ ਪੈਸਾ ਆਉਂਦਾ ਨਾ ਹੁਣ ਉਹਦੇ ਤੇ ਲਗਾਮ ਪਾਣੀ ਸ਼ੁਰੂ ਹੋਈ ਆ ਤਾਂ ਕਰਕੇ ਵਿਰੋਧੀ ਆ ਜਿਹੜੇ ਬਖਲਾਟ ਦੇ ਵਿੱਚ ਆ ਕਿਤੇ ਸਾਡੇ ਘਰਾਂ ਦੇ ਉੱਤੇ ਵੀ ਜਿਹੜੇ ਉਹ ਛਾਪੇ ਨਾ ਪਾਣੇ ਸ਼ੁਰੂ ਹੋ ਜਾਣ ਇਸ ਕਰਕੇ ਹੀ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਹਰ ਜਗ੍ਹਾ ਦੇ ਉੱਤੇ ਮੈਂ ਦੇਖਿਆ ਕਈ ਜਗ੍ਹਾ ਤੇ ਕਿਸਾਨਾਂ ਦੇ ਲਈ ਕੋਈ ਪ੍ਰੋਬਲਮ ਆਈ ਆ ਤਾਂ ਭਗਵਾਨਤਮਾਨ ਨੇ ਇਹੀ ਗੱਲ ਕਹੀ ਆ ਕਿ ਮੈਂ ਆਪਦੇ ਕਿਸਾਨਾਂ ਦੇ ਨਾਲ ਖੜਾ ਮੈਂ ਆਪਦੇ ਕਿਸਾਨਾਂ ਦਾ ਕਿਸੇ ਵੀ ਜਗ੍ਹਾ ਤੇ ਬੁਰਾ ਨਹੀਂ ਹੋਣ ਦਊਂਗਾ ਜੇ ਅਸੀਂ ਗੱਲ ਕਰੀ ਜਦੋਂ ਤੁਸੀਂ ਹਰਿਆਣੇ ਦੇ ਵਿੱਚੋਂ ਤਾਂ ਭਾਜਪਾ ਕਹਿੰਦੀ ਸੀ ਕਿ ਪੰਜਾਬ ਚ ਵੀ ਡਬਲ ਇੰਜਨ ਦੀ ਸਰਕਾਰ ਬਣਾ ਲਓ ਤਾਂ ਭਲਾ ਹੋ ਜਾਊਗਾ ਉੱਥੇ ਤਾਂ ਦੋਹੀ ਕਿਉਂਕਿ ਸੂਬਾ ਸਰਕਾਰ ਵੀ ਹਰਿਆਣੇ ਦੀ ਹੈ ਤੇ ਕੇਂਦਰ ਦੇ ਵਿੱਚ ਵੀ ਹਰਿਆਣੇ ਦੀ ਹੈ ਤਾਂ ਕਿਸਾਨ ਉੱਥੇ ਵੀ ਹੈਗੇ ਹਾਲੀ ਦੇ ਵਿੱਚ ਡੀਏਪ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਉਹਨਾਂ 'ਚ ਭਾਰੀ ਇਜ਼ਾਫਾ ਵੀ ਹੋਇਆ ਨਾਲ ਦੇ ਨਾਲ ਤੰਗੀ ਵੀ ਚੱਲ ਰਹੀ ਹੈ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਆ ਖਾਦ ਆ ਉਹ ਬਾਹਰੋਂ ਆਉਂਦੀ ਆ ਇੰਪੋਰਟ ਕੀਤੀ ਜਾਂਦੀ ਆ ਤੇ ਲੱਗਦਾ ਨਹੀਂ ਕਿ ਉਸ ਸੂਬੇ ਨੂੰ ਤਾਂ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉੱਥੇ ਤਾਂ ਡਬਲ ਇੰਜਨ ਦੀ ਸਰਕਾਰ ਹੈ ਦੇਖੋ ਕੁਨੇ ਨੇ ਤਾਂ ਪਿਸਣਾ ਹੀ ਆ ਨਾਲ ਕਿਉਂਕਿ ਜਿਹੜੀ ਸੈਂਟਰ ਗਵਰਨਮੈਂਟ ਆ ਕਿਤੇ ਨਾ ਕਿਤੇ ਉਹ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਆ ਡੀਏਪੀ ਦਾ ਰੇਟ ਵਧਾਤਾ ਪਰ ਕਿਤੇ ਨਾ ਇੱਕ ਪਾਸੇ ਸਾਨੂੰ ਉਹ ਕਹਿ ਰਹੇ ਨੇ ਕਿ ਆਮਦਨ ਵਧਾ ਰਹੇ ਹਾਂ ਅਸੀਂ ਕਿਸਾਨਾਂ ਦੀ ਤੇ ਦੂਜੇ ਪਾਸੇ ਡੀਏਪੀ ਦਾ ਰੇਟ ਵਧਾਤਾ ਉਹ ਦੂਜੇ ਪਾਸੇ ਮਤਲਬ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਉਹਦੇ ਰੇਟ ਵਧਾਤੇ ਤੇ ਜਿੱਥੇ ਕਿਸਾਨਾਂ ਦੇ ਕਿਸੇ ਵੀ ਮੁੱਦਿਆਂ ਦੀ ਗੱਲ ਆਉਂਦੀ ਆ ਆਮਦਨ ਦੀ ਗੱਲ ਆਉਂਦੀ ਆ ਉੱਥੇ ਜੇਬਾਂ ਨੂੰ ਕਟੌਤੀ ਲੱਗ ਰਹੀ ਆ ਇਹ ਤਾਂ ਉਹ ਗੱਲ ਹੋ ਗਈ ਸਾਡਾ ਸਾਡਾ ਕੁੱਤਾ ਕੁੱਤਾ ਦੂਜੇ ਦਾ ਕੁੱਤਾ ਟਾਵੇਂ ਵੀ ਜਿੱਥੇ ਸਾਡੀ ਗੱਲ ਹੋ ਗਈ ਉੱਥੇ ਕਟੌਤੀਆਂ ਤੇ ਜਿੱਥੇ ਕੇਂਦਰ ਸਰਕਾਰ ਦੀਆਂ ਜੇਬਾਂ ਦੇ ਵਿੱਚ ਅਬਾਨੀਆਂ ਡਾਨੀਆਂ ਦੀਆਂ ਜੇਬਾਂ ਦੇ ਵਿੱਚ ਪੈਸਾ ਜਾਣਾ ਉੱਥੇ ਡੀਏਪੀ ਦੀ ਰੇਟ ਯੂਰੀਆ ਦੇ ਹਰ ਚੀਜ਼ਾਂ ਦੇ ਰੇਟ ਵਧ ਰਹੇ ਜੀ ਤੁਹਾਡੀ ਗੱਲ ਕਰੀਏ ਤੁਸੀਂ ਪਹਿਲਾਂ ਵੀ ਆਪਣੀ ਗੱਲ ਹੁੰਦੀ ਰਹੀ ਆ ਕਹਿੰਦੇ ਕਿ ਕਾਂਗਰਸ ਵਾਲੇ ਵੀ ਅਪਰੋਚ ਕਰ ਰਹੇ ਸੀ ਆਕਾਲੀ ਦ ਭਾਜਪਾ ਵਾਲੇ ਵੀ ਕਹਿ ਰਹੇ ਸੀਗੇ ਕਿ ਨਹੀਂ ਤਾਂ ਪਰਚੇ ਇਸੇ ਤਰੀਕੇ ਅੱਗੇ ਜਾਣਗੇ ਵੀ ਸਾਡੇ ਕੋਲ ਆ ਜਾਓ ਫੇ ਆਮ ਆਦਮੀ ਪਾਰਟੀ ਵਾਲਾ ਰੁਕ ਕਿਉਂ ਦਿੱਤਾ ਅ ਮੇਰੀ ਆਈਡਿਓਲੋਜੀ ਮੈਚ ਕਰਦੀ ਓਹਨਾਂ ਦੇ ਨਾਲ ਮੈਨੂੰ ਇਹ ਲੱਗਦਾ ਕਿ ਹਾਂ ਇਹ ਨਵੀਂ ਪਾਰਟੀ ਹੈ ਕਿਤੇ ਨਾ ਕਿਤੇ ਲੋਕਾਂ ਦਾ ਭਲਾ ਜਿਹੜਾ ਉਹ ਜ਼ਰੂਰ ਕਰੂਗੀ ਕਿਉਂਕਿ ਇਹਨਾਂ ਨੇ ਹਜੇ ਸਟੈਂਡ ਹੋਣਾ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਤਾਂ ਚੰਗੇ ਕੰਮ ਕਰਨਗੇ ਤਾਂ ਹੀ ਲੋਕ ਇਹਨਾਂ ਦੇ ਮਗਰ ਲੱਗਣਗੇ ਤਾਂ ਹੀ ਜਿਵੇਂ ਹੁਣ ਮਾਡਲ ਦਿੱਲੀ ਮਾਡਲ ਤੇ ਪੰਜਾਬ ਜਿੱਤਿਆ ਤਾਂ ਹੁਣ ਪੰਜਾਬ ਮਾਡਲ ਤੇ ਹਰਿਆਣਾ ਤੇ ਹਿਮਾਚਲ ਵੀ ਜ਼ਰੂਰ ਜਿੱਤਿਆ ਜਾਊਗਾ ਅ ਇੱਕ ਗੱਲ ਹੋਰ ਹੈ ਆਫਰਸ ਆਉਂਦੀਆਂ ਨੇ ਸਾਰਿਆਂ ਨੂੰ ਆਫਰਸ ਆਈਆਂ ਰਾਜ ਨੂੰ ਪਰ ਜਿੱਥੇ ਮੇਰਾ ਦਿਲ ਕੀਤਾ ਮੈਂ ਉੱਥੇ ਗਈ ਮੈਨੂੰ ਲੱਗਿਆ ਕਿ ਮੈਂ ਇੰਡੀਆ ਦੇ ਵਿੱਚ ਰਹਿਣੀ ਆ ਰਾਜ ਦੀ ਫ੍ਰੀडम ਦੇ ਉੱਤੇ ਕਿਸੇ ਦਾ ਕੋਈ ਉਹ ਨਹੀਂਗਾ ਮੇਰੀ ਫ੍ਰੀडम ਸੀਗੀ ਮੈਨੂੰ ਆਮ ਆਦਮੀ ਪਾਰਟੀ ਚੰਗੀ ਲੱਗੀ ਔਰ ਆਮ ਆਦਮੀ ਪਾਰਟੀ ਨੇ ਮੈਨੂੰ ਇੱਕ ਮਤਲਬ ਸਨਮਾਨ ਵੀ ਦਿੱਤਾ ਕਿ ਅਗਰ ਇਹ ਕੁੜੀ ਅੰਦੋਲਨ ਦੇ ਵਿੱਚ ਇੰਨਾ ਜ਼ਿਆਦਾ ਇਸ ਕੁੜੀ ਦਾ ਯੋਗਦਾਨ ਸੀਗਾ ਤਾਂ ਉਹਨਾਂ ਨੇ ਮੈਨੂੰ ਅਹੁਦੇ ਦੇ ਨਾਲ ਜੁਆਇਨ ਕਰਾਇਆ ਪਾਰਟੀ ਦੇ ਵਿੱਚ ਤਾਂ ਮੈਂ ਆਪਦੇ ਮਤਲਬ ਹਰਿਆਣੇ ਦੀ ਮੈਂ ਬਹੂ ਆ ਤੇ ਪੰਜਾਬ ਦੀ ਬੇਟੀ ਆ ਪਰ ਮੈਂ ਦੋਨਾਂ ਸਟੇਟਸ ਦੇ ਨਾਲ ਆਪ ਦਾ ਜਿਹੜਾ ਉਹ ਭਾਈਚਾਰਾ ਉਹ ਜਰੂਰ ਕਾਇਮ ਰੱਖੂੰਗੀ ਜਿੱਥੇ ਕਿਤੇ ਕਿਸਾਨ ਵੀਰਾਂ ਦੀ ਗੱਲ ਹੋਈ ਮੈਂ ਰਾਜਕੌਰ ਗਿਲ ਹਰ ਜਗ੍ਹਾ ਤੇ ਆਪ ਦੇ ਕਿਸਾਨ ਪਾਈਆਂ ਦੇ ਨਾਲ ਖੜੀ ਰਹੂੰਗੀ ਜੀ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਹੁਣ ਤੁਸੀਂ ਜਿਸ ਤਰੀਕੇ ਨਾਲ ਸਿੱਧੇ ਤੌਰ ਤੇ ਲੋਕਾਂ ਦੇ ਵਿੱਚ ਪਹਿਲੀ ਇੰਟਰਵਿਊ ਆਪਣੀ ਸਿਆਸੀ ਹੋ ਗਏ ਹੋ ਤੁਸੀਂ ਤਾਂ ਲੋਕਾਂ ਨੇ ਸਵਾਲ ਯਕੀਨਨ ਚੱਕਨੇ ਨੇ ਕਿ ਆਉਦਿਆਂ ਦੀ ਭੁੱਖ ਸੀਗੀ ਕਿਤੇ ਨਾ ਕਿਤੇ ਸਿਆਸੀ ਹੋਣ ਦਾ ਕਾਰਨ ਸੀਗਾ ਇਹ ਹੀ ਕਰਕੇ ਅੰਦੋਲਨ ਦੇ ਵਿੱਚ ਵੀ ਤੁਸੀਂ ਭੂਮਿਕਾ ਨਿਭਾਉਂਦੇ ਰਹੇ ਜਦੋਂ ਇਦਾਂ ਦੇ ਸਵਾਲ ਹੋਣੇ ਨੇ ਕਿਉਂਕਿ ਮੈਨੂੰ ਪਤਾ ਇਸ ਇੰਟਰਵਿਊ ਤੋਂ ਬਾਅਦ ਹੋਰ ਪੱਤਰਕਾਰਾਂ ਨੇ ਤੁਹਾਡੇ ਤੱਕ ਪਹੁੰਚ ਕਰਨੇ ਸਵਾਲ ਵੀ ਹੋਣੇ ਤੁਹਾਨੂੰ ਵੀ ਜਦੋਂ ਇਹ ਸਵਾਲ ਆਉਣੇ ਨੇ ਫੇ ਜਵਾਬ ਕੀ ਹੋਗਾ ਉਹਨਾਂ ਦਾ ਕੋਈ ਗੱਲ ਨਹੀਂ ਜਵਾਬ ਲਈ ਆਪਾਂ ਤਿਆਰ ਆ ਜੇ ਰਾਜ ਮੌਕਾ ਪ੍ਰਸਤ ਹੁੰਦੀ ਮੈਂ ਪਹਿਲਾਂ ਵੀ ਕਿਹਾ ਕਿ ਜੇ ਰਾਜ ਮੌਕਾ ਪ੍ਰਸਤ ਹੁੰਦੀ ਤਾਂ ਚੰਡੀਗੜ੍ਹ ਦੇ ਵਿੱਚ ਵੀ ਆਫਰ ਸੀ ਤੇ ਪੰਜਾਬ ਦੇ ਵਿੱਚ ਵੀ ਆਫਰ ਸੀ ਕਿਤੇ ਨਾ ਕਿਤੇ ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਤਸ਼ੱਦਦ ਦੀ ਜਿਹੜੀ ਝਾਲ ਉਹ ਚੱਲਣੀ ਪੈਂਦੀ ਆ ਤਾਂ ਸ਼ਾਇਦ ਉਹ ਝਾਲਾਂ ਰਾਜ ਨੇ ਝੱਲੀਆਂ ਨਹੀਂ ਤਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕਿ ਹਾਂ ਜਿੱਥੇ ਕਿਤੇ ਤੁਸੀਂ ਆਪਦੇ ਲੋਕਾਂ ਦੇ ਲਈ ਹੱਕ ਸੱਚ ਦੀ ਆਵਾਜ਼ ਚੱਕੋਗੇ ਉੱਥੇ ਤੁਹਾਨੂੰ ਤਸ਼ੱਦਦ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਣਾ ਤੇ ਰਾਜ 2 ਸਾਲਾਂ ਤੋਂ ਸਰਕਾਰ ਦੀ ਤਸ਼ੱਦਦ ਹੀ ਚੱਲ ਰਹੀ ਆ ਬਾਕੀ ਪਰਚਿਆਂ ਪੁਰਚਿਆਂ ਦਾ ਤਾਂ ਕੋਈ ਰੌਲਾ ਨਹੀਂ ਧਮਕੀਆਂ ਦਾ ਕੋਈ ਰੌਲਾ ਨਹੀਂ ਪੰਜਾਬ ਹਰਿਆਣਾ ਦਾ ਖੂਨ ਆ ਰਾਜ ਦੇ ਅੰਦਰ ਤੇ ਤਿੰਨਾਂ ਸਟੇਟ ਦਾ ਪਾਣੀ ਪੀਤਾ ਰਾਜ ਕਿਸੇ ਤੋਂ ਦਬਦੀ ਨਹੀਂ ਲੋਕਾਂ ਦੇ ਲਈ ਖੜੀ ਹੈ ਤੇ ਖੜੀ ਰਹੂਗੇ ਜਿਹੜੇ ਪਰਚੇ ਹੋਏ ਸੀਗੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਚਰਚਾਵਾਵਾਂ ਵੀ ਰਹੀਆਂ ਤੁਹਾਡੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਲੱਗਦਾ ਕਿ ਉਹ ਪਰਚਿਆਂ ਦਾ ਹੁਣ ਕੋਈ ਅਸਰ ਹੈਗਾ ਜਾਂ ਉਹ ਰੱਦ ਹੋ ਗਏ ਕਿਉਂਕਿ ਕਿਸਾਨਾਂ ਦੀ ਇੱਕ ਮੰਗ ਤਾਂ ਇਹ ਵੀ ਸੀਗੀ ਜਦੋਂ ਦਿੱਲੀ ਦੇ ਬਾਡਰ ਤੋਂ ਵਾਪਸ ਆਉਣਾ ਸੀਗਾ ਕਿ ਤਮਾਮ ਪਰਚੇ ਰੱਦ ਕੀਤੇ ਜਾਣ ਐਮਐਸਪੀ ਲਾਗੂ ਕੀਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਤੇ ਸ਼ਰਤਾਂ ਮਨਾ ਕੇ ਉੱਥੋਂ ਉੱਠੇ ਸੀਗੇ ਲੱਗਿਆ ਕਿ ਉਹ ਚੀਜ਼ਾਂ ਪੂਰੀਆਂ ਹੋਈਆਂ ਆ ਨਾ ਤਾਂ ਸਾਡੇ ਪਰਚੇ ਰੱਦ ਹੋਏ ਨਾ ਐਮਐਸਪੀ ਤੇ ਕਾਨੂੰਨ ਬਣਿਆ ਅਸਲ ਦੇ ਵਿੱਚ ਉਥੋਂ ਜਿਹੜੀਆਂ ਜਥੇਬੰਦੀਆਂ ਨੇ ਇਲੈਕਸ਼ਨ ਲੜਨਾ ਸੀ ਨਾ ਉਹਨਾਂ ਨੂੰ ਕਾਲੀ ਸੀ ਨਾ ਜੇ ਉਹਨਾਂ ਨੇ ਇਹ ਕਾਲੀ ਨਾ ਕੀਤੀ ਹੁੰਦੀ ਤਾਂ ਅੱਜ ਸਾਨੂੰ ਸਰਕਾਰ ਕਿਸੇ ਵੀ ਤਰ੍ਹਾਂ ਦੀ ਤਸ਼ੱਦਦ ਨਹੀਂ ਸੀ ਕਰਦੀ ਕਿਉਂਕਿ ਪਰਚੇ ਰੱਦ ਨਹੀਂ ਹੋਏ ਲੋਕਾਂ ਦੇ ਨਾ ਐਮਐਸਪੀ ਤੇ ਕਾਨੂੰਨ ਬਣਿਆ ਸਭ ਤੋਂ ਵੱਡਾ ਮਸਲਾ ਲਖੀਮਪੁਰ ਖੀਰੀਦਾ ਸੀਗਾ ਜਿਹਦੇ ਤੇ ਕੀ ਖੁਸ਼ੀ ਹੋਈ ਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਬੇਲ ਜਿਹੜੀ ਰੱਦ ਕੀਤੀ ਤੇ ਟੈਨੀ ਮਿਸ਼ਰਾ ਨੂੰ ਜਿਹੜਾ ਹੈਗਾ ਉਹ ਆਪ ਪੇਸ਼ ਹੋਏ ਨੇ ਉੱਥੇ ਤੇ ਇਹ ਸਾਡੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਆ ਕਿਉਂਕਿ ਯੂਪੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਛੋਟੇ ਛੋਟੇ ਵੀਰ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦ ਸੀ ਕਿਉਂਕਿ ਸੱਚੀ ਗੱਲ ਹੈ ਕਿ ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਜਿਹੜੀਆਂ ਤਸ਼ੱਦਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਯੂਪੀ ਦੇ ਵਿੱਚ ਸਾਡੇ ਉਹਨਾਂ ਵੀਰਾਂ ਦੇ ਪਰਿਵਾਰਾਂ ਨੇ ਬਹੁਤ ਵੱਡੀਆਂ ਜਿਹੜੀਆਂ ਤਸ਼ੱਦਤਾਂ ਦਾ ਸਾਹਮਣਾ ਕੀਤਾ ਪਰ ਅਸੀਂ ਵੀ ਗਏ ਹਾਂ ਯੂਪੀ ਮੈਂ ਵੀ ਗਈ ਹਾਂ ਮੈਂ ਉੱਥੇ ਹਾਲਾਤ ਦੇਖ ਕੇ ਜਦੋਂ ਮਾਵਾਂ ਰੋਂਦੀਆਂ ਸੀ ਤਾਂ ਬਹੁਤ ਦੁੱਖ ਹੁੰਦਾ ਸੀ ਕਿ ਅਸੀਂ ਐਡੀ ਵੱਡੀ ਲੜਾਈ ਲੜੀ ਤੇ ਅੱਜ ਸਾਡੇ ਲੋਕ ਜਿਹੜੇ ਆ ਉਹ ਇੱਥੇ ਖੜੇ ਨਹੀਂ ਆਕੇ ਅਸੀਂ ਗਏ ਉੱਥੇ ਹੁਣ ਵੀ ਟੀਮਾਂ ਗਈਆਂ ਹੋਈਆਂ ਨੇ ਚਲੋ ਦੇਰ ਆਏ ਦਰਸਤ ਆਏ ਮੈਂ ਕਹਿੰਨੀ ਆ ਹੁਣੀ ਆਵਾਜ਼ ਚੱਕੀ ਜਾਵੇ ਪਰਚਿਆਂ ਪੁਰਚਿਆਂ ਦਾ ਤਾਂ ਵੀਰੇ ਕੋਈ ਡਰ ਨਹੀਂ ਹੈਗਾ ਹੁਣ ਜੀ ਜੀ ਤੁਹਾਡੀ ਗੱਲ ਕਰੀਏ ਜਿਵੇਂ ਮੈਂ ਦੇਖਦਾ ਸੀਗਾ ਕੋਈ ਵੀ ਕੰਮ ਹੁੰਦਾ ਸੀਗਾ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਤੁਸੀਂ ਕਮਾਂਡ ਸੰਭਾਲੀ ਹੋਈ ਸੀਗੀ ਹੁਣ ਜੇ ਕੋਈ ਜਥੇਬੰਦੀਆਂ ਕਾਲ ਦਿੰਦੀਆਂ ਕਿ ਰਾਜਕੌਰ ਗੇਲ ਉੱਥੇ ਪਹੁੰਚੂਗੀ ਦੂਸਰਾ ਨਾਲ ਹੀ ਇਹ ਗੱਲ ਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਵਕਫ ਵਕਤਾਂ ਤੇ ਪਰਚੇ ਵੀ ਹੋਏ ਸਾਰਾ ਕੁਝ ਹੋਇਆ ਚੱਲਦਾ ਰਹਿੰਦਾ ਹੈ ਇਹ ਚੀਜ਼ਾਂ ਕਿਉਂਕਿ ਜਦੋਂ ਅੰਦੋਲ ਜਥੇਬੰਦੀਆਂ ਦੇ ਨਾਲ ਕੋਈ ਗੱਲਬਾਤ ਹੋਈ ਸੀ ਤੁਹਾਡੀ ਜਦੋਂ ਪਾਰਟੀ ਤੁਸੀਂ ਜੁਆਇਨ ਕਰਨੀ ਸੀ ਖਾਸ ਕਰਕੇ ਗੁਰਨਾਮ ਸਿੰਘ ਚੁੜੁੰਨੀ ਦੇ ਨਾਲ ਕਿਉਂਕਿ ਉਹਨਾਂ ਦੇ ਹੱਲਾਸ਼ੇਰੀ ਦੇ ਨਾਲ ਤੁਸੀਂ ਚੰਡੀਗੜ੍ਹ ਦੇ ਵਿੱਚ ਐਕਸ਼ਨ ਕਰ ਰਹੇ ਸੀ ਹਾਂ ਹਾਂ ਮੈਂ ਸਭ ਨੂੰ ਦੱਸ ਕੇ ਪਾਰਟੀ ਜੁਆਇਨ ਕੀਤੀ ਆ ਮੈਂ ਕਿਸੇ ਤੋਂ ਵੀ ਲੁਕੋ ਕੇ ਪਾਰਟੀ ਜੁਆਇਨ ਨਹੀਂ ਕੀਤੀ ਮੈਂ ਸਭ ਨੂੰ ਦੱਸਿਆ ਕਿ ਮੈਂ ਪਾਰਟੀ ਜੁਆਇਨ ਕਰਨੀ ਆ ਭਾਵੇਂ ਉਹ ਕਿਸੇ ਨੂੰ ਪਰਸਨਲ ਦੱਸਿਆ ਹੋਵੇ ਜਾਂ ਕਿਸੇ ਦੇ ਰਾਹੀਂ ਮੈਸੇਜ ਜਿਹੜਾ ਉਹ ਕੀਤਾ ਹੋਵੇ ਤਾਂ ਮੈਂ ਦੋ ਤਿੰਨ ਜਾਣਿਆਂ ਨਾਲ ਡਿਸਕਸ਼ਨ ਕੀਤੀ ਤਾਂ ਸਭ ਨੇ ਇਹੀ ਗੱਲ ਕਹੀ ਕਿ ਰਾਜ ਤੁਹਾਡੀ ਫ੍ਰੀडम ਆ ਤੁਸੀਂ ਕੁਝ ਵੀ ਕਰ ਸਕਦੇ ਹੋ ਅਸੀਂ ਤੁਹਾਨੂੰ ਬਾਕੀ ਇੱਕ ਗੱਲ ਹੋਰ ਆ ਵੀਰੇ ਜਿਹੜੀ ਤੁਸੀਂ ਅਹੁਦਿਆਂ ਵਾਲੀ ਗੱਲ ਕੀਤੀ ਕਿ ਅਹੁਦਿਆਂ ਦੀ ਖਾਲੀ ਗੱਲ ਰਾਜ ਨੇ ਕਿਸਾਨੀ ਅੰਦੋਲਨ ਦੇ ਵਿੱਚ ਚੜੂਨੀ ਗਰੁੱਪ ਲਈ ਕੰਮ ਕੀਤਾ ਪਰ ਰਾਜ ਕੋਲੇ ਉਸ ਗਰੁੱਪ ਦਾ ਕੋਈ ਵੀ ਅਹੁਦਾ ਨਹੀਂ ਸੀ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਹਰੇ ਚੰਡੀਗੜ੍ਹ ਦੀ ਮਹਿਲਾ ਪ੍ਰੈਜ਼ੀਡੈਂਟ ਬਣਾਉਣਾ ਇਸ ਪਾਰਟੀ ਵੱਲੋਂ ਤਾਂ ਮੈਂ ਇਹ ਗੱਲ ਕਹੀ ਸੀ ਕਿ ਜਥੇਬੰਦੀ ਵੱਲੋਂ ਤਾਂ ਮੈਂ ਇਹ ਕਿਹਾ ਸੀ ਕਿ ਮੈਂ ਕੋਈ ਵੀ ਅਹੁਦਾ ਨਹੀਂ ਲੈਣਾ ਮੈਂ ਕੰਮ ਕਰੂੰਗੀ ਅੰਦੋਲਨ ਦੇ ਲਈ ਮੈਂ ਨਿਰਸਵਾਰਥ ਅੰਦੋਲਨ ਦੇ ਵਿੱਚ ਕੰਮ ਕੀਤਾ ਤੇ ਹੁਣ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਰਾਜ ਇੱਕ ਸਮਾਜਿਕ ਕੁੜੀ ਆ ਮੈਂ ਇੱਕ ਸਮਾਜ ਦੇ ਲਈ ਮੈਨੂੰ ਔਰਤਾਂ ਦੇ ਲਈ ਹਰ ਚੀਜ਼ਾਂ ਲਈ ਦੁੱਖ ਹੁੰਦਾ ਸਿਰਫ ਇਹ ਇਸ ਕਰਕੇ ਕਿ ਹਾਂ ਸ਼ਾਇਦ ਅਸੀਂ ਲੋਕਾਂ ਦੀ ਆਵਾਜ਼ ਬਣ ਸਕੀਏ ਅ ਅੰਦੋਲਨਾਂ 'ਚ ਰਹਿ ਕੇ ਨਹੀਂ ਤਾਂ ਇੱਕ ਪਾਰਟੀ ਦੇ ਰਾਹੀਂ ਵੀ ਮੈਂ ਲੋਕਾਂ ਦੇ ਲਈ ਲੜਦੀ ਰਹੂੰਗੀ ਹਰ ਲੜਾਈ ਜਿੰਨਾ ਚਿਰ ਮੇਰੇ 'ਚ ਜਾਨ ਆਖਰੀ ਸਵਾਲ ਹਰਿਆਣਾ ਦੇ ਵਿੱਚ ਹੁਣ ਤੁਸੀਂ ਤੁਹਾਨੂੰ ਇੱਕ ਅਹੁਦਾ ਦਿੱਤਾ ਹੈਗਾ ਉਹਨਾਂ ਨੇ ਆਪਣੇ ਵੱਲੋਂ ਤਾਂ ਜ਼ਿੰਮੇਵਾਰੀ ਦਿੱਤੀ ਹੈ ਵੱਡੀ ਚੋਣ ਵੀ ਲੜਨ ਜਾ ਰਹੇ ਹੋ ਉਹ ਉਸ ਮੁੱਦੇ ਤੇ ਵੀ ਗੱਲ ਹੋਈ ਹੋਣੀ ਹੈ ਯਕੀਨਨ ਕਿ ਹਾਂ ਵੀ ਤੈਨੂੰ ਚੋਣ ਵੀ ਲੜਾ ਦੇਵਾਂਗੇ ਆ ਦੇਖੋ ਅ ਚੋਣਾ ਦਾ ਮਸਲਾ ਮੈਨੂੰ ਇਹ ਲੱਗਦਾ ਕਿ ਉਹ ਬਾਅਦ ਦਾ ਹੈ ਮੈਨੂੰ ਇਹ ਲੱਗਦਾ ਕਿ ਜਿਹੜੀ ਮੈਨੂੰ ਪਹਿਲਾਂ ਏਡੀ ਜ਼ਿੰਮੇਵਾਰੀ ਦਿੱਤੀ ਗਈ ਹੈ 7 ਜ਼ਿਲ੍ਹਿਆਂ ਦੀ ਮੈਂ ਉਸ ਜ਼ਿੰਮੇਵਾਰੀ ਨੂੰ ਪੂਰ ਜਿਹੜਾ ਉਹ ਚੜਾਉਣ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਮੈਨੂੰ ਆਪਦੀ ਮਿਹਨਤ ਦੇ ਉੱਤੇ ਪੂਰਾ ਕੌਨਫੀਡੈਂਸ ਆ ਕਿ ਰਾਜ ਮਿਹਨਤ ਕਰੂਗੀ ਬਾਕੀ ਇਹ ਜਿਹੜਾ ਚੋਣਾ ਲੜਨ ਦਾ ਜਾਂ ਟਿਕਟਾਂ ਦਾ ਜਿਹੜਾ ਕੋਈ ਵੀ ਮਸਲਾ ਉਹ ਹਾਈ ਕਮਾਂਡ ਦਾ ਮਸਲਾ ਹੈ ਤੇ ਹਾਈ ਕਮਾਂਡ ਮੇਰੇ ਖਿਆਲ ਦੇ ਵਿੱਚ ਕਿਸੇ ਦੇ ਨਾਲ ਵੀ ਆ ਜਿਹੜਾ ਉਹ ਇਦਾਂ ਦਾ ਨਹੀਂ ਕਰਨਗੇ ਅਗਰ ਕੋਈ ਬੰਦੇ ਨੇ ਕੰਮ ਕੀਤਾ ਜੇ ਮੌਕਾ ਮਿਲੂਗਾ ਇਲੈਕਸ਼ਨ ਲੜਨ ਦਾ ਰਾਜ ਨੂੰ ਤਾਂ ਰਾਜ ਇਲੈਕਸ਼ਨ ਜ਼ਰੂਰ ਲੜੂਗੀ ਬਿਲਕੁਲ ਤੁਸੀਂ ਪਹਿਲਾਂ ਵੀ ਕਹਿ ਦਿੱਤਾ ਕਿ ਵਿਧਾਨ ਸਭਾ ਤੇ ਲੋਕ ਸਭਾ ਤੱਕ ਪੰਜਾਬ ਦੇ ਲੋਕਾਂ ਨੂੰ ਪਹੁੰਚਣਾ ਪੈਣਾ ਜਾਂ ਆਮ ਘਰਾਂ ਦੇ ਲੋਕਾਂ ਨੂੰ ਪਹੁੰਚਣਾ ਪੈਣਾ ਤਾਂ ਜੋ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਅੱਗੇ ਰੱਖੀ ਜਾਵੇ ਮਸਲੇ ਕਿਹੜੇ ਨੇ ਹਰਿਆਣੇ ਦੇ ਕਿਉਂਕਿ ਹਰਿਆਣੇ ਦੇ ਵਿੱਚ ਵਾਜਪਾ ਦੀ ਸਰਕਾਰ ਆ ਡਬਲ ਇੰਜਨ ਦੀ ਸਰਕਾਰ ਆ ਉੱਥੇ ਤਾਂ ਸਾਰੇ ਮਸਲੇ ਹੱਲ ਹੋ ਜਾਣੇ ਚਾਹੀਦੇ ਸੀ ਪਰ ਫਿਰ ਵੀ ਤੁਹਾਡੇ ਧਿਆਨ ਚ ਕੀ ਆ ਸਭ ਤੋਂ ਵੱਡਾ ਮਸਲਾ ਤਾਂ ਭ੍ਰਸ਼ਾਚਾਰ ਦਾ ਜਿਹੜਾ ਕਿ ਇਹ ਕਹਿੰਦੇ ਨੇ ਕਿ ਭ੍ਰਸ਼ਾਚਾਰ ਹੈ ਨਹੀਂਗਾ ਸਿੱਖਿਆ ਜਿਹੜੀ ਉਹ ਖਤਮ ਹੋ ਚੁੱਕੀ ਆ ਹਰਿਆਣੇ ਦੇ ਵਿੱਚ ਬਿਲਕੁਲ ਮਤਲਬ ਮੈਨੂੰ ਇਹ ਲੱਗ ਰਿਹਾ ਕਿ ਸਿੱਖਿਆ ਪ੍ਰਣਾਲੀ ਜਿਹੜੀ ਬਿਲਕੁਲ ਖਰਾਬ ਆ ਉੱਥੇ ਔਰ ਭ੍ਰਸ਼ਾਚਾਰ ਵੀ ਆ ਲੋਕਾਂ ਦੇ ਕਹਿੰਦੇ ਨੇ ਨਾ ਕੰਮ ਦੇ ਨਾਂ ਤੇ ਕਿ ਹਾਂ ਬਹੁਤ ਸੱਚੀ ਸੁੱਚੀ ਸਰਕਾਰ ਆ ਪਰ ਹਰਿਆਣੇ ਦੇ ਲੋਕ ਮੇਰੇ ਖਿਆਲ ਚ ਮੈਂ ਜਿੰਨਿਆਂ ਨੂੰ ਮਿਲਦੀ ਆ ਸਾਰਿਆਂ ਨੂੰ ਪੁੱਛੀਦਾ ਕਿ ਕੋਈ ਕੰਮ ਹੋਇਆ ਕਹਿੰਦੇ ਜੀ ਈ ਨਹੀਂ ਕੋਈ ਸੁਨਵਾਈ ਨਹੀਂ ਅਸੀਂ ਤਾਂ ਹੁਣ ਇੰਨਾ ਆਕੇ ਪਏ ਹਣਾ ਅਸੀਂ ਤਾਂ ਪੰਜਾਬ ਵਾਂਗੂ ਹਰਿਆਣੇ ਦੇ ਵਿੱਚ ਵੀ ਝਾੜੂ ਫੇਰਾਂਗੇ ਤਾਂ ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਆ ਜਿਹੜੀ ਉਹ ਜਿਵੇਂ ਪੰਜਾਬ ਦੇ ਵਿੱਚ ਹੁੰਝਾ ਫੇਰਿਆ ਉਵੇਂ ਹੀ ਹਰਿਆਣਾ ਵੀ ਛੋਟੇ ਭਾਈ ਵੱਡੇ ਭਾਈ ਤੋਂ ਸਿੱਖ ਲੈ ਕੇ ਹਰਿਆਣੇ ਦੇ ਵਿੱਚ ਵੀ ਹੈ ਜਿਹੜਾ ਉਹ ਆਪਦਾ ਝਾੜੂ ਆ ਪੂਰਾ ਚਲਾਊਗਾ ਔਰ 90 ਦੇ ਵਿੱਚੋਂ ਮੈਨੂੰ ਇਹ ਲੱਗਦਾ 90 ਸੀਟਾਂ ਲੈ ਕੇ ਜਿਹੜਾ ਹਰਿਆਣੇ ਦੇ ਵਿੱਚ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਇਹ ਸਾਡੇ ਨਾਲ ਸੀ ਰਾਜਕੌਰ ਗਿਲ ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦਾ ਮਕਸਦ ਕੀ ਸੀਗਾ ਸਾਫਤੌਰ ਤੇ ਕਹਿੰਦੇ ਨੇ ਕਿ ਆਈਡੀਓਲੋਜੀ ਮਿਲੀ ਹੈ ਨਾਲ ਦੇ ਨਾਲੇ ਸਿੱਧੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਅੰਦੋਲਨ ਦੇ ਵਿੱਚ ਭੂਮਿਕਾ ਨਿਭਾਉਂਦੇ ਰਹੇ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦਾ ਮਨ ਕਿਵੇਂ ਬਣਿਆ ਕਹਿੰਦੇ ਕਿ ਡਿਸਕਸ਼ਨ ਹੋਈ ਹੈ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਤਾ ਆਈਡਿਓਲੋਜੀ ਮਿਲਣ ਤੋਂ ਬਾਅਦ ਇਹ ਚਰਚਾ ਹੋਈ ਕਿ ਆਮ ਆਮੀ ਪਾਰਟੀ ਦੇ ਵਿੱਚ ਜਾ ਕੇ ਆਮ ਘਰਾਂ ਦੇ ਲੋਕਾਂ ਨੂੰ ਵੀ ਸਿਆਸਤ ਦੇ ਵਿੱਚ ਆਉਣਾ ਪਊਗਾ ਤਾਂ ਜੋ ਮਸਲੇ ਜਿਹੜੇ ਨੇ ਹਲਕੀ ਤੇ ਜਾ ਸਕਣ ਤੇ ਨਾਲ ਦੇ ਨਾਲ ਸਾਫ਼ ਤੌਰ ਤੇ ਇਹ ਵੀ ਕਹਿੰਦੇ ਨੇ ਕਿ ਅੰਦੋਲਨ ਦੇ ਵਿੱਚ ਵੱਡੀਆਂ ਗਲਤੀਆਂ ਹੋਈਆਂ ਨੇ ਅੰਦੋਲਨ ਤੋਂ ਬਾਅਦ ਜਿਸ ਤਰੀਕੇ ਨਾਲ ਸਿਆਸੀਕਰਨ ਹੋ ਗਿਆ ਜਿਸ ਤਰੀਕੇ ਨਾਲ ਆਗੂਆਂ ਨੇ ਗਲਤ ਫੈਸਲੇ ਲਏ ਉਸੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਿਆਸੀ ਚੋਣਾਂ ਦੇ ਵਿੱਚ ਜਦੋਂ ਉਤਰੇ ਤਾਂ ਪਿੰਡ ਦੇ ਵਿੱਚ ਮੂੰਹ ਦਿਖਾਣੀ ਪਈ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਇਹ ਸਿਆਸੀ ਪਾਰੀ ਨਵੀਂ ਸ਼ੁਰੂ ਕੀਤੀ ਐ ਇਸ ਦੇ ਵਿੱਚ ਆਉਣ ਵਾਲੇ ਜਨਾਂ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੇ ਚੁਣੌਤੀਆਂ ਜਾਂ ਕਿਸ ਤਰ੍ਹਾਂ ਦਾ ਮਾਹੌਲ ਦੇਖਣਾ ਮਿਲਦਾ ਸਹਿਯੋਗੀ ਜਸਵਿੰਦਰ ਨਾਲ ਹਰਦੀਪ ਸਿੰਘ ਭੋਗਲ ਟੀਵੀ ਪੰਜਾਬ ਚੰਡੀਗੜ੍ਹ ਸਤਿ ਸ੍ਰੀ ਅਕਾਲ ਜੀ ਮੈਂ ਨਿਰਮਲ ਮਾਨ ਤੁਹਾਡਾ ਡੈਕਸਟਰ ਮਿਲਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇਹ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ੍ਰੀ ਅਕਾਲ